ਦੋਸਤੋ, ਆਪਾਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਦੇ ਵੀਜ਼ੇ ਖੁੱਲ੍ਹ ਚੁੱਕੇ ਹੈ। ਬਹੁਤ ਸਾਰੇ ਵਿਦਿਆਰਥੀ ਹੁਣ ਉੱਥੇ ਜਾਣ ਵਾਸਤੇ ਕਾਹਲੇ ਹੈ, ਜਿਹੜੇ ਉੱਥੇ ਨੇ ਉਹਨਾਂ ਦੇ ਮਾਂ ਬਾਪ ਉੱਥੇ ਜਾਣ ਵਾਸਤੇ ਤਿਆਰ ਨੇ, ਔਰ ਬਹੁਤ ਸਾਰੇ ਟੂਰਿਸਟ ਵੀ ਜਾਣਾ ਚਾਹੁੰਦੇ ਹੈ। ਕੈਨੇਡਾ ਵੀਜ਼ਾ ਲੈਣ ਵਾਸਤੇ ਇੱਕ ਖਾਸ ਹਦਾਇਤ ਹੈ, ਇੱਕ ਖਾਸ ਨਿਯਮ ਹੈ ਉਹਨਾਂ ਦਾ ਕਿ ਉਹ ਬਾਇਓਮੈਟ੍ਰਿਕ ਕਰਵਾਉਂਦੇ ਹੈ। ਅਤੇ ਉਹਦੇ ਵਾਸਤੇ ਜਦੋਂ ਅਸੀਂ ਐਪਲੀਕੇਸ਼ਨ ਦਿੰਦੇ ਹਾਂ ਤਾਂ ਸਾਨੂੰ ਬਾਈ ਈਮੇਲ ਸਾਨੂੰ ਇੱਕ ਹਦਾਇਤ ਲੈਟਰ ਆਉਂਦਾ, ਜਿਹਦੇ ਵਿੱਚ ਦੱਸਿਆ ਹੁੰਦਾ ਕਿ ਤੁਸੀਂ ਜਿਹੜੇ ਵੀ ਦੇਸ਼ ਦੇ ਵਿੱਚ ਹੈਗੇ ਹੋ ਜਾਂ ਉੱਥੇ ਗੁਆਂਢੀ ਦੇਸ਼ ਦੇ ਵਿੱਚ ਵੀ ਕਿਸੇ ਜਾ ਸਕਦੇ ਹੋ, ਉੱਥੇ ਬਾਇਓਮੈਟ੍ਰਿਕ ਕਰਵਾ ਸਕਦੇ ਹੋ। ਕਿਉਂਕਿ ਮੈਂ ਇਸ ਗੁਆਂਢੀ ਦੇਸ਼ 'ਚ ਇਸ ਕਰਕੇ ਕਿਹਾ ਕਿ ਅੱਜ ਕੱਲ੍ਹ ਰਸ਼ ਜ਼ਿਆਦਾ ਹੋਣ ਕਰਕੇ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਰਸ਼ ਜ਼ਿਆਦਾ ਹੈ ਅਤੇ ਵੀਜ਼ਾ ਐਪਲੀਕੇਸ਼ਨ ਸੈਂਟਰ ਘੱਟ ਨੇ, ਘੱਟ ਉਹਨਾਂ ਨੇ ਖੁੱਲ੍ਹੇ ਹੋਏ ਨੇ, ਇਸ ਕਰਕੇ ਰਸ਼ ਜ਼ਿਆਦਾ ਅਤੇ ਗੁਆਂਢੀ ਸਟੇਟਾਂ ਦੇ ਵਿੱਚ ਜਾਂ ਗੁਆਂਢੀ ਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੈ ਜਾ ਕੇ ਆਪਣਾ ਬਾਇਓਮੈਟ੍ਰਿਕ ਕਰਵਾਉਂਦੇ ਹੈ। ਜਦੋਂ ਤੁਸੀਂ ਤੁਹਾਨੂੰ ਇਹ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਤੁਸੀਂ ਉਸ ਲਿੰਕ ਦੇ ਉੱਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ, ਆਪਣੀ ਸਬਮਿਸ਼ਨ ਕਰਾਉਣੀ ਹੁੰਦੀ ਹੈ, ਆਪਣਾ ਵਕਤ ਲੈਣਾ ਹੁੰਦਾ। ਉਸ ਲਿੰਕ ਦੇ ਉੱਤੇ ਤੁਸੀਂ ਜਾਓ, ਤੁਹਾਡੇ ਉੱਤੋਂ ਈਮੇਲ ਮੰਗੀ ਜਾਂਦੀ ਹੈ, ਤੁਹਾਡੇ ਤੋਂ ਆਪਣਾ ਫੋਨ ਨੰਬਰ ਮੰਗਿਆ ਜਾਂਦਾ ਅਤੇ ਤੁਹਾਡਾ ਨਾਂ ਹੈ ਉਹ ਪੂਰਾ ਅਤੇ ਤੁਹਾਡੀ ਡੇਟ ਆਫ ਬਰਥ, ਇਹ ਚੀਜ਼ਾਂ ਉੱਥੇ ਮੰਗ ਕੇ ਉਸ ਤੋਂ ਬਾਅਦ ਉੱਥੇ ਇੱਕ ਜਿਹੜਾ ਤੁਹਾਡੇ ਸਾਹਮਣੇ ਪੇਜ ਖੁੱਲ੍ਹਦਾ ਹੈ ਅਤੇ ਉਹਦੇ 'ਚ ਤੁਸੀਂ ਜਿਹੜੇ ਵੀ ਸੈਂਟਰ 'ਚ ਜਾਣਾ ਚਾਹੁੰਦੇ ਹੋ, ਜਿਹੜਾ ਵੀ ਤੁਹਾਡਾ ਨੇੜੇ ਦਾ ਸੈਂਟਰ ਹੈਗਾ, ਉੱਥੇ ਆਪਣੀ ਚੁਆਇਸ ਦੇ ਮੁਤਾਬਕ ਡੇਟ ਅਤੇ ਟਾਈਮ ਹੈ ਜਿਹੜੇ ਉਹ ਤੁਹਾਨੂੰ ਦੇ ਦਿੱਤਾ ਜਾਂਦਾ ਹੈ। ਜਦੋਂ ਇਹ ਲੈਟਰ ਹੈ ਜਿਹੜਾ ਤੁਹਾਨੂੰ ਬਾਈ ਈਮੇਲ ਮਿਲ ਜਾਂਦਾ ਕਿ ਤੁਹਾਡਾ ਸੈਂਟਰ ਫਲਾਣੇ ਸੈਂਟਰ ਦੇ ਵਿੱਚ ਤੁਹਾਡਾ ਟਾਈਮ ਡੇਟ ਦੇ ਮੁਤਾਬਕ ਤੁਸੀਂ ਤੁਹਾਡੀ ਚੁਆਇਸ ਦੇ ਮੁਤਾਬਕ ਤੁਹਾਨੂੰ ਮਿਲ ਗਿਆ, ਅਤੇ ਫਿਰ ਉਸ ਡੇਟ ਦੇ ਉੱਤੇ ਉਸੇ ਟਾਈਮ ਦੇ ਉੱਤੇ ਜਾ ਕੇ ਤੁਸੀਂ ਉਸ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਉੱਤੇ ਕੋਲ ਜਾਣਾ ਹੁੰਦਾ, ਜਿੱਥੇ ਬਾਹਰ ਲੰਮੀਆਂ ਲਾਈਨਾਂ ਵੀ ਲੱਗੀਆਂ ਹੁੰਦੀਆਂ ਕਈ ਜਗ੍ਹਾ 'ਤੇ। ਪਰ ਇਹਦੇ 'ਚ ਬਹੁਤੀ ਭੱਜ ਦੌੜ ਵਾਲੀ ਗੱਲ ਨਹੀਂ ਕਰਨੀ, ਧੱਕੇ ਧੁੱਕੇ ਵਾਲੀ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਉਹ 10-12 ਬੰਦੇ ਇੱਕ ਸਲੋਟ ਦੇ ਵਿੱਚ ਹੁੰਦੇ ਆ ਅਤੇ ਉਹ ਟਾਈਮ ਦਿੱਤਾ ਹੁੰਦਾ, ਜੇ 9:45 'ਤੇ ਹੈ ਤਾਂ ਤੁਸੀਂ 15 ਮਿੰਟ ਪਹਿਲਾਂ ਚਲੇ ਜਾਓ, 10 ਵਜੇ ਹੈਗਾ ਤੁਹਾਡਾ ਤਾਂ ਤੁਸੀਂ 9:45 ਵਜੇ ਜਾਓ ਅਤੇ ਉੱਥੇ ਆਰਾਮ ਦੇ ਨਾਲ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣਾ ਕਰਨ ਵਾਸਤੇ ਤੁਸੀਂ ਜਿਹੜਾ ਹੈਗਾ ਉਹ ਮਾਸਕ ਆਪਣਾ ਨਾਲ ਲੈ ਕੇ ਜਾਓ, ਸੈਨੇਟਾਈਜ਼ ਤੁਹਾਡੇ ਹੱਥਾਂ ਨੂੰ ਉੱਥੇ ਕੀਤਾ ਜਾਂਦਾ ਅਤੇ ਸੋਸ਼ਲ ਡਿਸਟੈਂਸਿੰਗ ਵੀ ਉੱਥੇ ਮੇਨਟੇਨ ਕੀਤੀ ਜਾਂਦੀ ਹੈ। ਪਰ ਔਰਤਾਂ ਖਾਸ ਤੌਰ 'ਤੇ ਉਹਨਾਂ ਵਾਸਤੇ ਮੈਂ ਇੱਕ ਬੇਨਤੀ ਇਹ ਕਰਨਾ ਚਾਹਾਂਗਾ ਕਿ ਕਈ ਵਾਰੀ ਨਾ ਮਹਿੰਦੀ ਹੱਥਾਂ ਨੂੰ ਲੱਗੀ ਹੁੰਦੀ ਹੈ ਅਤੇ ਜੇ ਮਹਿੰਦੀ ਹੱਥਾਂ ਨੂੰ ਲੱਗੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਜਿਹੜੇ ਨਿਸ਼ਾਨ ਹੈ ਉਹ ਪ੍ਰੋਪਰ ਆਉਣੇ ਨਹੀਂ ਹੈਗੇ, ਇਸ ਕਰਕੇ ਉੱਥੇ ਕਈ ਵਾਰੀ ਇਸ ਤਰ੍ਹਾਂ ਦਾ ਕੈਮੀਕਲ ਹੈ ਜਿਹੜਾ ਉਹ ਸਾਨੂੰ ਇਸਤੇਮਾਲ ਕਰਨਾ ਪੈਂਦਾ, ਜਿਹਦੇ ਨਾਲ ਸਾਡੇ ਬਾਇਓਮੈਟ੍ਰਿਕ ਤਾਂ ਹੋ ਜਾਂਦੇ ਆ ਪਰ ਬਾਅਦ ਦੇ ਵਿੱਚ ਹੱਥਾਂ ਨੂੰ ਪ੍ਰੋਬਲਮ ਆ ਜਾਂਦੀ ਹੈ, ਹੱਥਾਂ ਦੇ ਛਾਲੇ ਪੈ ਸਕਦੇ ਆ, ਚਮੜੀ ਖਰਾਬ ਹੋ ਸਕਦੀ ਹੈ, ਇਸ ਕਰਕੇ ਮਹਿੰਦੀ ਬਿਲਕੁਲ ਵੀ ਨਹੀਂ ਲਾਉਣੀ, ਇਹ ਪੱਕੀ ਗੱਲ ਹੈ। ਜਦੋਂ ਵੀ ਤੁਸੀਂ ਅੰਦਰ ਜਾਂਦੇ ਹੋ ਤਾਂ ਤੁਹਾਡੇ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਜਨਰਲ ਦੇ ਵਿੱਚ ਜਾਣਾ ਕਿ ਤੁਸੀਂ ਪ੍ਰੀਮੀਅਮ ਦੇ ਵਿੱਚ ਜਾਣਾ। ਪ੍ਰੀਮੀਅਮ ਦੀ ਫੀਸ ਹੈ ਜਿਹੜੀ ਉਹ 3,050 ਰੁਪਏ ਹੈ ਅਤੇ ਜਨਰਲ ਦੀ ਫੀਸ ਹੈ ਜਿਹੜੀ ਉਹ 2,000 ਰੁਪਏ ਹੈ। ਪ੍ਰੀਮੀਅਮ 'ਚ ਤੁਹਾਡੀ ਜਿਹੜੀ ਹੈ ਜਿਵੇਂ ਨਾਂ ਤੋਂ ਹੀ ਹੈ ਕਿ ਤੁਹਾਡੀ ਪ੍ਰੋਸੈਸ ਫਾਸਟ ਹੋ ਜਾਂਦਾ, ਤੁਹਾਡਾ ਪਾਸਪੋਰਟ ਜਲਦੀ ਜਿਹੜਾ ਹੈਗਾ ਉਹ ਮੰਗਿਆ ਜਾਂਦਾ ਔਰ ਜਲਦੀ ਪ੍ਰੋਸੈਸ ਕਰਕੇ ਉਹ ਵਾਪਸ ਤੁਹਾਨੂੰ ਭੇਜਿਆ ਜਾਂਦਾ। ਉੱਥੇ ਹੀ ਤੁਹਾਨੂੰ ਇੱਕ ਟੋਕਨ ਨੰਬਰ ਦੇ ਦਿੱਤਾ ਜਾਂਦਾ ਜਿਹੜਾ ਜਨਰਲ ਦੇ ਹਿਸਾਬ ਨਾਲ ਔਰ ਪ੍ਰੀਮੀਅਮ ਦੇ ਹਿਸਾਬ ਨਾਲ ਹੁੰਦਾ। ਉਹ ਟੋਕਨ ਨੰਬਰ ਲੈ ਕੇ ਅੱਗੇ ਤੁਸੀਂ ਜਾਂਦੇ ਹੋ, ਜਨਰਲ ਵਾਲੇ ਹੋਰ ਰੂਮ ਦੇ ਵਿੱਚ ਜਾਂਦੇ ਆ ਅਤੇ ਪ੍ਰੀਮੀਅਮ ਵਾਲੇ ਹੋਰ ਰੂਮ ਦੇ ਵਿੱਚ ਜਾਂਦੇ ਆ। ਉੱਥੇ ਸਟਾਫ ਹੈ ਜਿਹੜਾ ਉਹ ਬੜਾ ਉਹਨਾਂ ਦੀ ਕੋਆਰਡੀਨੇਸ਼ਨ ਬੜੀ ਵਧੀਆ ਹੁੰਦੀ ਹੈ, ਤੁਹਾਡੇ ਨਾਲ ਸਹਿਯੋਗ ਉਹ ਪੂਰਾ ਕਰਦੇ ਆ, ਤੁਹਾਨੂੰ ਗਾਈਡ ਕਰਦੇ ਆ ਪਲ ਪਲ ਦੇ ਉੱਤੇ। ਉਹ ਤੁਹਾਨੂੰ ਉਸ ਕਮਰੇ 'ਚ ਲੈ ਜਾਂਦੇ ਆ, ਉੱਥੇ ਤੁਸੀਂ ਆਪਣਾ ਪਾਸਪੋਰਟ ਸਬਮਿਟ ਕਰਦੇ ਹੋ, ਆਪਣੀ ਜਿਹੜੀ ਉੱਥੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਉਹਨਾਂ ਨੇ ਸੈਂਟਰ ਵੱਲੋਂ, ਜਿਹੜਾ ਲੈਟਰ ਤੁਹਾਨੂੰ ਗਏ ਹੈ ਉਹ ਲੈਟਰ ਉੱਥੇ ਸਬਮਿਟ ਕਰਦੇ ਹੋ ਅਤੇ ਨਾਲ ਫੀਸ ਆਪਣੀ ਹੈ ਜਿਹੜੀ ਉਹ ਕੈਸ਼ ਦੇ ਵਿੱਚ ਸਬਮਿਟ ਕਰਨੀ ਹੈ। ਤੁਸੀਂ ਜੇ ਤੁਸੀਂ ਕਿਸੇ ਵੀ ਹੋਰ ਤਰੀਕੇ ਨਾਲ ਕਰੋਗੇ ਹੋ ਜਾਂਦੀ ਹੈ, ਪਰ ਕਈ ਵਾਰੀ ਉੱਥੇ ਕੋਈ ਮਾੜੀ ਮੋਟੀ ਵੀ ਪ੍ਰੋਬਲਮ ਆ ਗਈ ਨੈੱਟ ਦੀ ਅਤੇ ਫਿਰ ਤੁਹਾਡਾ ਟਾਈਮ ਜ਼ਿਆਦਾ ਵੇਸਟ ਆਉਂਦਾ। ਮੇਰੀ ਬੇਨਤੀ ਹੈ ਕਿ ਤੁਸੀਂ ਉਹਨੂੰ ਫੀਸ ਨੂੰ ਕੈਸ਼ ਨਾਲ ਲੈ ਕੇ ਜਾਓ, ਆਪਣੇ ਕੈਸ਼ ਫੀਸ ਉੱਥੇ ਸਬਮਿਟ ਕਰ ਦਿਓ, ਨਾਲ ਦੀ ਨਾਲ ਤੁਹਾਨੂੰ ਰਸੀਦ ਦਿੱਤੀ ਜਾਂਦੀ ਹੈ, ਰਸੀਦ ਦੇ ਕੇ ਤੁਹਾਨੂੰ ਇੱਕ ਫਾਈਲ ਦੇ ਦਿੱਤੀ ਜਾਂਦੀ ਹੈ, ਉਹ ਫਾਈਲ ਤੁਹਾਡਾ ਉਸ ਫਾਈਲ ਦੇ ਵਿੱਚ ਸਾਰਾ ਇਨਫੋਰਮੇਸ਼ਨ ਹੁੰਦੀ ਹੈ। ਤੁਸੀਂ ਫਿਰ ਬਾਹਰ ਆ ਜਾਂਦੇ ਹੋ ਅਤੇ ਬਾਹਰ ਮੋਨੀਟਰ ਦੇ ਉੱਤੇ ਇੱਕ ਇਨਫੋਰਮੇਸ਼ਨ ਚੱਲ ਰਹੀ ਹੁੰਦੀ ਹੈ ਕਿ ਜਿਵੇਂ ਤੁਹਾਡਾ ਟੋਕਨ ਨੰਬਰ ਹੈ ਕਿ ਇਸ ਟੋਕਨ ਨੰਬਰ ਵਾਲਾ ਬੰਦਾ ਫਲਾਣੇ ਰੂਮ ਦੇ ਵਿੱਚ ਜਾਓ, 1 ਤੋਂ ਲੈ ਕੇ 10, 12, 15 ਤੱਕ ਰੂਮ ਹੋ ਸਕਦੇ ਹੈ ਜਿਸ ਤਰ੍ਹਾਂ ਦੀ ਫੈਸਿਲਿਟੀ ਉੱਥੇ ਉਸ ਵੀਜ਼ਾ ਕਲੈਕਸ਼ਨ ਸੈਂਟਰ ਦੇ ਵਿੱਚ ਹੋਵੇ ਹੈਗੀ ਹੈ। ਉਹ ਰੂਮ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਉੱਥੇ ਤੁਹਾਨੂੰ ਮਾਸਕ ਉਤਾਰ ਕੇ, ਆਪਣੀ ਐਨਕ ਵੀ ਉਤਾਰ ਕੇ,
फिर तुहाडे तो कुछ उन्हां तो मतलब सवाल पूछे जाते हैं, तुहाडी डेट ऑफ बर्थ पूछी जाती है, तुहाडा नाम पूछा जाता है, नाम दे स्पेलिंग पूछे जाते हैं, एड्रैस भी पूछ सकते हैं, मामूली सवाल है जिहड़े तुहानूं पता ही हुंदे आ। फिर तुहाडियां उंगलां पहला सज्जे हाथ दियां चारे उंगलां उत्थे रखाईआं जांदियां, फिर खब्बे हाथ दियां रखाईआं जांदियां, फिर दोनों हाथों के अंगूठे इकट्ठे रखाए जाते हैं। जदों यह प्रोसैस खत्म हो जाता तो फिर तुहानूं फोटो वास्ते कैमरे के सामने अपनी ऐनक वगैरह उतार के मास्क वगैरह उतार के उत्थे कैमरे के सामने वो खड़ा करते और उत्थे तुसीं अपनी फोटो है जी खिचा दें। जो सारा प्रोसैस हो जाता तो एक स्लिप है जी, एक ये समझो रसीद है जी, और रसीद तुहाडे पासपोर्ट के उत्ते चिपका दी जाती है, तो उस दी कापी एक तुहानू एक्सट्रा भी दी जाती है। तो कह दिता जाता कि भाई 10 साल वास्ते तुहाडा ये जिहड़ा बायोमैट्रिक है ये वैलिड है, 10 साल तुसीं इनू सांभ के रखना रसीद नू, ते 10 साल बाद फिर अगे जो प्रोसैस होगा वह है तुसीं बाहर आ जाते हो तो अपनी रसीद है जी अपने बैग के बंद करके तो उन्हों का धन्यवाद करके तुसीं बाहर आ जाते हो। सो ये गल्लां इस करके है कि जिहड़े दोस्त नवे गए हुंदे आ कई वारी पता नहीं हुंदा, टेंशन हो जाती है, टेंशन दे विच कागज़ गलत लै जाते हैं। सिर्फ 3 कागज़ तुसीं उत्थे लैके जाने हैं, पहला जिहड़ी इनफॉर्मेशन तुहानू उन्होंने जदों तुसीं एप्लीकेशन सबमिट की है तुहानू बायोमैट्रिक देण वास्ते उन्हां दी एप्लीकेशन जिहड़ी हुंदी है वो तुसीं नाल टाइप करके लैके जानी है, प्रिंट करके लैके जानी है। तो दूजा जिहड़ा तुसीं इनफॉर्मेशन लई है भरी है और तुहानू उन्होंने कन्फर्मेशन दिती है कि इस सेंटर दे विच तुसीं इन्ने वज के इन्ने मिनट दे उत्ते हाज़र होना है, उस वीज़ा सेंटर वालों जिहड़ी तुहानू एप्लीकेशन दिती गई है वो जरूर तो अपने नाल लैके जानी है। और तीसरा पासपोर्ट लैके जाना है, किसी होर चीज़ की कोई कापी नहीं लैके जानी, कोई होर आधार कार्ड वगैरह कुछ नहीं लैके जाना, यही 3 चीज़ा जिहड़ियां तुहाडे कोल होनियां चाहीदियां ते यही 3 चीज़ां उत्थे मंगियां जांदियां। सो अगर इनफॉर्मेशन तुहानू चंगी लगी होवे ते कमेंट दे विच जरूर दस्सो, तुहाडा शुक्रिया, शुक्रिया, थैंक यू वेरी मच।